ਤੁਸੀਂ ਪੁਲਿਸ ਨੂੰ ਅਕਸਰ ਵੇਖਿਆ ਹੋਵੇਗਾ ਕਿਸੇ ਨੇ ਰਾਸ਼ਨ ਨਾ ਹੋਣ ਦੀ ਝੂਠੀ ਸੂਚਨਾ ਦਿੱਤੀ ਹੈ ਅਤੇ ਮੌਕੇ 'ਤੇ ਕਈ ਜਗ੍ਹਾ ਰਾਸ਼ਨ ਅਤੇ ਸਾਰਾ ਸਮਾਨ ਫਰੋਲ ਦਿੱਤਾ ਜਾਂਦਾ ਸੀ। ਪਰ ਸੰਗਰੂਰ ਦੇ ਮਲੇਰਕੋਟਲਾ ਦੇ SHO ਦਵਿੰਦਰਪਾਲ ਸਿੰਘ ਨੇ ਪੁਲਿਸ ਪਾਰਟੀ ਨਾਲ ਉਹਨਾਂ ਗਰੀਬ ਘਰਾਂ ਦੇ ਕਿਰਾਏ 'ਤੇ ਰਹਿ ਰਹੇ ਪਰਿਵਾਰਾਂ ਕੋਲ ਪਹੁੰਚ ਗਏ ਜਿਨ੍ਹਾਂ ਕੋਲ ਰਾਸ਼ਨ ਖਤਮ ਸੀ। ਵੋਟਾਂ ਦੀ ਸਿਆਸਤ ਵਿੱਚ ਉਲਝੀ ਰਾਸ਼ਨ ਵੰਡ ਲੱਗਦਾ, ਇਹਨਾਂ ਜ਼ਰੂਰਤਮੰਦਾਂ ਤੱਕ ਪਹੁੰਚੀ ਨਹੀਂ। ਅੱਜ ਅਸੀਂ ਇਹਨਾਂ ਗਰੀਬ ਲੋਕਾਂ ਦੇ ਘਰੇ ਆਏ ਹਾਂ ਜੀ, ਜਿਹੜੇ ਵਿਚਾਰੇ ਲੇਬਰ ਕਲਾਸ ਹੈ, ਕਿਰਾਏ ਤੇ ਰਹਿ ਰਹੇ ਨੇ, ਇੱਕ ਇੱਕ ਕਮਰੇ ਦੇ ਵਿੱਚ ਕਈ ਕਈ ਜਿਹੜੇ ਰਹਿ ਰਹੇ ਆ, ਪੰਜ ਪੰਜ ਛੇ ਛੇ ਰਹਿ ਰਹੇ ਆ, ਇਹਨਾਂ ਕੋਲ ਕੁਛ ਵੀ ਖਾਣ ਨੂੰ ਨਹੀਂ ਹੈਗਾ। ਇਹਨਾਂ ਦੇ ਵਿਚਾਰਿਆਂ ਦੇ ਭਾਂਡੇ ਖਾਲੀ ਪਏ ਨੇ। ਆਹ ਛੋਟੇ ਛੋਟੇ ਬੱਚੇ ਨੇ, ਮੈਂ ਤੁਹਾਨੂੰ ਦਿਖਾਉਣਾ, ਆਹ ਛੋਟੇ ਛੋਟੇ ਬੱਚੇ ਆ, ਹੋਇਆ ਬੇਟਾ ਸਾਈਕਲ ਤੇ ਗਿਆ। ਇਹਨਾਂ ਦੇ ਜਿਹੜੇ ਅੰਦਰ ਦੇਖੋ, ਸਾਰੇ ਭਾਂਡੇ ਜਿਹੜੇ ਖਾਲੀ ਪਏ ਆ, ਇਹਨਾਂ ਦੇ ਵਿਚਾਰਿਆਂ ਦੇ ਅੱਤ ਦੀ ਗਰੀਬੀ ਹੈ। ਅਸੀਂ ਸਾਰੇ ਆਪਣੀ ਜਿਹੜੀ ਸਮਾਜ ਸੇਵਾ ਦੀ ਕੜੀ ਆ ਉਹ ਲਗਾਤਾਰ ਜਾਰੀ ਰੱਖੀ ਹੋਈ ਆ। ਅਸੀਂ ਡੇਲੀ ਕੁਛ ਪਰਿਵਾਰਾਂ ਨੂੰ ਚਿੰਨ੍ਹਿਤ ਕਰਦੇ ਹਾਂ ਅਤੇ ਫਿਰ ਉਹਨਾਂ ਕੋਲ ਪਹੁੰਚ ਕੇ ਉਹਨਾਂ ਨੂੰ ਪਰਟੀਕੁਲਰ ਉਹਨਾਂ ਦੇ ਘਰੇ ਜਾ ਕੇ ਉਹਨਾਂ ਨੂੰ ਸਮਾਨ ਦੇ ਕੇ ਆਉਂਦੇ ਹਾਂ। ਅਤੇ ਵਾਹਿਗੁਰੂ ਮਿਹਰ ਰੱਖੇ, ਇਸ ਭਿਆਨਕ ਸਮੇਂ ਦੇ ਵਿੱਚ ਅਸੀਂ ਜਿਹੜੀ ਪੰਜਾਬ ਪੁਲਿਸ ਦੀ ਇਹ ਸੇਵਾ ਦੀ ਮੁਹਿੰਮ ਹੈ ਜਿਹੜੀ, ਇਹ ਅਸੀਂ ਇਹਨੂੰ ਜਾਰੀ ਰੱਖਾਂਗੇ ਤਾਂ ਕਿ ਲੋਕਾਂ ਦੇ ਵਿੱਚ ਸਾਡੀ ਵਿਸ਼ਵਾਸ ਬਹਾਲੀ ਬਣੇ ਅਤੇ ਸਾਡੇ ਜਿਹੜੇ ਸੱਜਣ ਮਿੱਤਰ ਨੇ ਜਿਹੜੇ ਸਾਨੂੰ ਸਹਿਯੋਗ ਦੇ ਰਹੇ ਨੇ, ਉਹਨਾਂ ਨੂੰ ਵੀ ਪਤਾ ਲੱਗੇ ਵੀ ਜਿਹੜਾ ਅਸੀਂ ਸਮਾਨ ਦੇ ਰਹੇ ਹਾਂ ਉਹ ਯਥਾ ਯੋਗ ਥਾਂ 'ਤੇ ਜਾ ਰਿਹਾ, ਜਿਹੜੇ ਅਸਲ ਲੋੜਵੰਦ ਨੇ ਉਹਨਾਂ ਕੋਲ ਜਾ ਰਿਹਾ। Thank you.